ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਸਾਜ਼ਿਸ਼ ਰਚ ਰਹੀ ਆ ਇਹਨਾਂ ਦੇ ਖਿਲਾਫ ਇੱਕ ਬੇਗੁਨਾਹ ਨੌਜਵਾਨ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਹਾਰਨ ਦਾ ਇੰਨਾ ਡਰ ਕਿਉਂ ਹੈ ਪੰਜਾਬ ਦੇ ਵਿੱਚ ਕਿ ਉਹ ਦਹਿਸ਼ਤ ਫੈਲਾਉਣਾ ਚਾਹੁੰਦੇ ਕਿ ਸਾਡੇ ਖਿਲਾਫ ਆਵਾਜ਼ ਨਾ ਚੱਕੋ ਅਤੇ ਅਸੀਂ ਦਬਾ ਦਾਂਗੇ ਕਾਂਗਰਸ ਦੇ ਲੀਡਰਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਸ ਤਰੀਕੇ ਬੇਗੁਨਾਹਾਂ ਦੀ ਜਾਂ ਇੱਕ ਭੋਲੇ ਭਾਲੇ ਲੋਕਾਂ 'ਤੇ ਕਿਸੇ ਗਰੀਬ ਪਰਿਵਾਰ ਉੱਤੇ ਤਸ਼ੱਦਦ ਢਾ ਕੇ ਜੇ ਝੂਠੇ ਕੇਸ ਬਣਾ ਕੇ ਸਰਕਾਰ ਨਹੀਂ ਬਣਨੀ ਨਾ ਹੀ ਤੁਸੀਂ ਇੱਥੇ ਜਿੱਤ ਪ੍ਰਾਪਤ ਕਰ ਸਕਦੇ ਹੋ ਤੁਹਾਡਾ 1.5 ਸਾਲ ਰਹਿ ਚੁੱਕਿਆ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਸਲਾਹ ਦਿੰਦੀ ਹਾਂ ਵੀ ਜਾਂਦੇ ਜਾਂਦੇ ਐਂ ਕਰੋ ਜਿਹੜੇ ਮਾੜੇ ਮੋਟੇ 4 ਪੈਸੇ ਲਾ ਦਿਓ ਜੇ ਤੁਹਾਨੂੰ ਲੱਗਦੇ ਆ ਤਾਂ ਕਿ ਲੋਕਾਂ ਦੇ ਮਨਾਂ 'ਚ ਤੁਹਾਡੇ ਪ੍ਰਤੀ ਜਿਹੜੀ ਨਫ਼ਰਤ ਆ ਨਾ ਥੋੜ੍ਹੀ ਬਹੁਤ ਘੱਟ ਹੋ ਜਾਵੇ ਜਿਹੜੇ ਤੁਸੀਂ ਨੀਤੀ ਅਪਣਾ ਰਹੇ ਹੋ ਦਹਿਸ਼ਤ ਫੈਲਾਉਣ ਦੀ UAPA ਵਰਗੇ ਕਾਨੂੰਨ ਇੱਥੇ ਕਾਲੇ ਕਾਨੂੰਨਾਂ ਦੀ ਤੁਸੀਂ ਸਪੋਰਟ ਕਰ ਰਹੇ ਹੋ ਗਰੀਬ ਘਰ ਦੇ ਬੱਚਿਆਂ ਨੂੰ ਚੱਕ ਕੇ ਪਰੇਸ਼ਾਨ ਕਰ ਰਹੇ ਹੋ ਇਹਨਾਂ ਤਰੀਕਿਆਂ ਨਾਲ ਬਦਦੁਆਵਾਂ ਨਾਲ ਤੁਹਾਡਾ ਜਾਂ ਤੁਹਾਡੀ ਕੋਈ ਸਰਕਾਰ ਦਾ ਕੁਛ ਸੁਧਰਨਾ ਨਹੀਂ ਆ ਵਿਗੜਨਾ ਹੀ ਆ ਜਾਂ ਇੱਥੇ ਤੁਸੀਂ ਗਰੀਬ ਕਿਸਾਨਾਂ ਦੇ ਉੱਤੇ ਤਸ਼ੱਦਦ ਢਾ ਰਹੇ ਹੋ ਕਿਸਾਨੀ ਹੋ ਜਾਓ UAPA ਵਰਗੇ ਕਾਨੂੰਨ ਹੁਣ ਤੁਸੀਂ ਇਸ ਤਰੀਕੇ ਕਿ ਕੋਈ ਬੰਦਾ ਜੇ ਸਾਡੀ ਸਰਕਾਰ ਦੇ ਮਾੜੇ ਕੰਮਾਂ ਪ੍ਰਤੀ ਆਵਾਜ਼ ਚੱਕ ਰਿਹਾ ਉਸ ਦੇ ਲਈ ਤੁਸੀਂ ਬੇਗੁਨਾਹਾਂ ਦੇ ਉੱਤੇ ਝੂਠੇ ਮੁਕੱਦਮੇ ਬਣਾ ਕੇ ਪੁਲਿਸ ਨੂੰ ਵੀ ਆਪਣੇ ਅੰਡਰ ਲਾਇਆ ਹੋਇਆ ਸੋ ਪੁਲਿਸ ਨੂੰ ਆਜ਼ਾਦ ਕਰਾਉਣ ਦੀ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ ਸੋ ਲੋੜ ਹੈ ਕਿ ਜਿਹੜੀ ਪੰਜਾਬ ਦੀ ਸਾਰੀ ਨੌਜਵਾਨ ਪੀੜ੍ਹੀ ਅੱਜ ਦੇਖ ਰਹੀ ਹੈ ਮੇਰੇ ਵੀਰ ਗਗਨਦੀਪ ਦੇ ਹੱਕ 'ਚ ਖੜ੍ਹੇ ਇਹ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਇਹ ਸੋਚ ਰਹੇ ਆ ਕਿ ਅਸੀਂ ਇਸ ਤਰੀਕੇ ਦਹਿਸ਼ਤ ਫੈਲਾ ਕੇ ਕਿ ਜਿਹੜਾ ਬੰਦਾ ਸਾਡੇ ਖਿਲਾਫ਼ ਬੋਲੂਗਾ ਅਤੇ ਝੂਠਾ ਮੁਕੱਦਮਾ ਕਰਕੇ ਅਸੀਂ ਜੇਲ੍ਹ 'ਚ ਡੱਕ ਦਾਂਗੇ ਉਹਦੇ ਖਿਲਾਫ਼ ਆਵਾਜ਼ ਚੱਕੀ ਜਾ ਸਕੇ ਸੋ ਤੁਹਾਡੀ ਸਪੋਰਟ ਦੇ ਨਾਲ ਹੀ ਇਹਨਾਂ ਨੂੰ ਪਤਾ ਲੱਗੇ ਕਿ ਇਸ ਤਰੀਕੇ ਦੀ ਦਹਿਸ਼ਤ ਨਾਲ ਜਿਹੜੀ ਲੋਕਾਂ ਦੀ ਆਵਾਜ਼ ਆ ਦਬਾਈ ਨਹੀਂ ਜਾ ਸਕਦੀ ਹੋਰ ਉੱਪਰ ਉੱਠ ਕੇ ਆਊ